ਤੁਸੀਂ ਵੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਤੇ ਜਨਾਇਕ ਜਨਤਾ ਪਾਰਟੀ ਦੀ ਰੈਲੀ ਚੱਲ ਰਹੀ ਹੈ, ਉਹਦੇ ਚ ਭੁਪਿੰਦਰ ਸਿੰਘ ਹੁੱਡਾ ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਨੇ। ਐਸ ਸੀ ਐਸ ਟੀ ਭਾਈਓ ਕੇ ਬੱਚੋ ਕੀ ਛਾਤਰਵਿੱਤੀ ਕੋ ਖਾਣੇ ਕਾ ਕਾਮ ਇਸ ਸਰਕਾਰ ਨੇ ਕੀਆ। ਆਜ ਕੌਣ ਸਾ ਵਾਕਿਆ ਛੋਟਾ ਹੈ, ਇਹ ਕਿਲੋਮੀਟਰੋਂ ਪੇ ਸਕੀਮ ਪੇ ਬਸੇ ਚਲਾਈ ਥੀ ਰੋਡਵੇਜ ਕੋ ਬੰਦ ਕਰਕੇ। ਖੁਦ ਹਰਿਆਣਾ ਸਰਕਾਰ ਨੇ ਹਾਈ ਕੋਰਟ ਮੇ ਮਾਨਾ ਹੈ ਕਿ 900 ਕਰੋੜ ਸੇ ਲੇਕਰ 1000 ਕਰੋੜ ਤੱਕ ਕਾ ਗਮਨ ਇਸ ਪੂਰੇ ਕਿਲੋਮੀਟਰ ਸਕੀਮ ਮੇ ਹੁਆ ਔਰ ਮੁੱਖ ਮੰਤਰੀ ਕਾ ਚਾਹੀਤਾ ਮੰਤਰੀ ਉਸਕਾ ਵਿਭਾਗ ਸੰਭਾਲਤਾ ਥਾ ਔਰ ਆਜ ਉਸ ਮੰਤਰੀ ਕੇ ਖਿਲਾਫ ਵੀ ਐਕਸ਼ਨ ਲੈਣੇ ਮੇ ਨਾਕਾਮਯਾਬ ਹਰਿਆਣਾ ਕੀ ਸਰਕਾਰ ਰਹੀ। ਬੁਢਾਪਾ ਪੈਨਸ਼ਨ ਕੀ ਤੋ ਮੈਂ ਇੱਕ ਬਾਤ ਬਤਾ ਦਿਉ, ਵਿਧਾਇਕਾ ਜੀ ਨੇ ਸ਼੍ਰੀਮਤੀ ਨੈਨਾ ਚੌਟਾਲਾ ਜੀ ਨੇ ਜਬ ਪਹਿਲੀ ਵਾਰ ਚੁਨਰੀ ਚੌਪਾਲ ਕਰੀ ਥੀ ਤੇ ਇੱਕ ਵਾਅਦਾ ਕੀਆ ਥਾ ਮਾਤਾਓ ਸੇ ਕਿ ਸਭ ਸੇ ਜ਼ਿਆਦਾ ਘਰ ਕਾ ਕਾਮ ਸੰਭਾਲਣੇ ਵਾਲੀ ਪਰਿਵਾਰ ਕੋ ਸੰਭਾਲਣੇ ਵਾਲੀ ਆਪ ਜੈਸੀ ਹਮਾਰੀ ਮਾਤਰ ਸ਼ਕਤੀ ਔਰ ਇੱਕ ਕਰਮਚਾਰੀ ਜਬ 58 ਸਾਲ ਕੀ ਉਮਰ ਮੇ ਰਿਟਾਇਰ ਹੋ ਕੇ ਪੈਨਸ਼ਨ ਲੈਣੇ ਕਾ ਕਾਮ ਕਰਤਾ ਹੈ ਤੋ ਆਪਕੋ 60 ਸਾਲ ਤੱਕ ਇੰਤਜ਼ਾਰ ਕਰਨੇ ਕੀ ਜ਼ਰੂਰਤ ਨਹੀਂ। ਰਾਜ ਬਣਾ ਦਿਓ, ਜੈਸੇ ਹੀ ਪ੍ਰਦੇਸ਼ ਮੇ ਆਪਕਾ ਰਾਜ ਬਣੇਗਾ ਆਪਕੇ ਪਹਿਲੇ ਦਿਨ ਸੇ ਮਹਿਲਾਓ ਕੀ 55 ਸਾਲ ਪੁਰਸ਼ੋ ਕੀ 58 ਸਾਲ ਘਰ ਬੈਠੇ ਪੈਨਸ਼ਨ ਦੇਣੇ ਕੀ ਵਿਵਸਥਾ ਆਪਕੀ ਪਾਰਟੀ ਬਣਾਏਗੀ ਔਰ ਮਹਿਲਾਓ ਕੀ ਜਬ ਮੈਂ ਬਾਤ ਕਰ ਰਿਹਾ ਹੂੰ ਇੱਕ ਬੇਰੀ ਵਾਲੋ ਸੇ ਪੁੱਛ ਲਿਓ ਭਾਈ 10-12 ਸਾਲ ਤੋਂ ਮੇਰੇ ਕੋ ਸੁਣਤੇ ਮੈਂ ਹੋ ਗਏ ਬੇਰੀ ਮੇ ਮਹਿਲਾ ਕਾਲਜ ਖੁੱਲੇਗਾ ਖੁੱਲੇਗਾ ਖੁੱਲੇਗਾ, ਖੁੱਲ ਲਿਆ ਹੈ ਨਹੀਂ ਖੁੱਲਾ ਬਤਾ ਦਿਓ। ਇਹ ਹੁੱਡਾ ਸਾਹਿਬ ਵੀ ਵਾਅਦਾ ਕਰਕੇ ਗਏ ਥੇ ਨਾ ਤੋ ਉਹਨੇ ਰਾਜ ਕੀ ਲੋਲੀਪੋਪ ਦੇ ਕੇ ਖੋਲਣੇ ਕਾ ਕਾਮ ਕੀਆ ਔਰ ਇਹ ਖੱਟਰ ਸਾਹਿਬ ਸੇ ਝੂਠਾ ਆਦਮੀ ਤੋ ਕੋਈ ਸਾ ਨਹੀਂ ਦੇਖਿਆ ਹੋਗਾ ਯਾ ਦੇਖ ਲਿਆ ਉੱਡਾ ਸਾਹਿਬ ਕਾ ਤੇ ਇੱਕ ਕਾਮ ਥਾ ਐਸਾ ਕੋਈ ਬਗੀਚਾ ਦਿਖ ਜਾਤਾ ਥਾ 20-30 ਪੱਥਰ ਰੱਖ ਕੇ ਬਟਨ ਦਬਾ ਕੇ ਖੋਲ ਦਿੱਤੇ ਤੇ ਉਸਕੇ ਬਾਅਦ ਝੂਠ ਬੋਲ ਕੇ ਔਰ ਪਾਰ ਹੋ ਲੇਤੇ ਔਰ ਖੱਟਰ ਸਾਹਿਬ ਉਨਸੇ ਅੱਗੇ ਨਿਕਲੇ ਉਹ ਤਾਂ ਅੱਜ ਕੱਲ੍ਹ ਰਿਮੋਟ ਸੇ ਖੋਲ ਦਿੱਤੇ ਜਾ ਕੇ ਵੀ ਪਰਦਾ ਹਟਾਉਣ ਕਾ ਕਾਮ ਨਹੀਂ ਕਰ। ਮਰ ਇੱਕ ਚੀਜ਼ ਇੱਕ ਨਿਵੇਦਨ ਆਪਸੇ ਕਿ ਜਹਾਂ ਇਨ ਝੂਠੇ ਲੋਕੋ ਨੇ ਆਪਕੋ ਭ੍ਰਮਿਤ ਕਰਨੇ ਕਾ ਕਾਮ ਕੀਆ ਅਬ ਆਪਕੀ ਜ਼ਿੰਮੇਵਾਰੀ ਬਣਤੀ ਹੈ ਕਿ ਇਨਸੇ ਜਵਾਬ ਲੈਣੇ ਕਾ ਵੀ ਕਾਮ ਔਰ ਜਵਾਬ ਐਸਾ ਲਿਓ ਕਿ ਵੋਟ ਕੀ ਚੋਟ ਮਾਰ ਕਰ ਆਪਣਾ ਰਾਜ ਬਣਾਓ ਔਰ ਰਾਜ ਬਣਵਾ ਕੇ ਸਰਕਾਰ ਜਬ ਆਪਕੀ ਹੋਗੀ ਤੋ ਫਿਰ ਆਪਣੀ ਕਲਮ ਸੇ ਉਸ ਕਾਲਜ ਕੋ ਬਣਵਾਣੇ ਕਾ ਵੀ ਕਾਮ ਕਰੋ। ਸਾਥੀਓ ਮੈਂ ਇੱਕ ਬੇਨਤੀ ਨਿਵੇਦਨ ਆਪਸੇ ਕਰ ਸਕਤਾ ਕਿ ਆਪਕੋ ਦੋ ਚੀਜ਼ੋ ਸੇ ਲੜਨਾ ਪੜੇਗਾ। ਆਜ ਭਾਰਤੀ ਜਨਤਾ ਪਾਰਟੀ ਕੇ ਪਾਸ ਔਰ ਕਾਂਗਰਸ ਕੇ ਪਾਸ ਦੋ ਐਸੀ ਤਾਕਤ ਹੈ ਜੋ ਆਪਕੇ ਪਾਸ ਨਹੀਂ। ਪਹਿਲੀ ਤਾਕਤ ਤੋ ਹੈ ਮਨੀ ਪਾਵਰ ਪੈਸੇ ਕੀ ਤਾਕਤ। ਬੀਜੇਪੀ ਕੇ ਖਾਤੇ ਕੇ ਅੰਦਰ 1000 ਕਰੋੜ ਰੁਪਿਆ ਕੇਵਲ ਮਾਤਰ 2017 ਮੇ ਆਇਆ, ਉਹਨੇ ਇਨਕਮ ਟੈਕਸ ਮੇ ਬਤਾਣੇ ਕਾ ਕਾਮ ਕੀਆ। 1000 ਕਰੋੜ ਰੁਪਏ ਕੀ ਵਾਲੀ ਪਾਰਟੀ ਕੇ ਸਾਥ ਆਪਾਂ ਤੋ 1 ਕਰੋੜ ਵੀ ਨਹੀਂ ਪਹੁੰਚੇ, ਆਪਾਂ ਤੋ ਨਹੀਂ ਲੜ ਸਕਤੇ। ਔਰ ਦੂਸਰੀ ਤਾਕਤ ਹੈ ਪੱਤਰਕਾਰ ਸਾਥੀ ਆਪਣੇ ਵਾਲੇ ਨਾ ਨਾਰਾਜ਼ ਹੋ, ਮੀਡੀਆ ਪਾਵਰ ਕੇ ਆ ਗਿਆ। ਅੱਜ ਟੀਵੀ ਖੋਲ ਲਓ, 6 ਪ੍ਰਦੇਸ਼ੋ ਮੇ ਬਾੜ ਆਈ, ਕਹੀ ਵੀ ਕੋਈ ਬਾੜ ਕੀ ਬਾਤ ਨਹੀਂ ਹੈ ਕਿ ਸੈਂਕੜੋ ਲੋਕ ਮਰ ਗਏ, ਲੱਖੋ ਲੋਕ ਬੇਘਰ ਹੋ।